ਸਾਹਿਬ, ਇਹ ਸਵਾਲ ਦਾ ਜਵਾਬ ਥੋੜਾ ਦਿੱਤਾ ਜਾਵੇ ਕਿ ਪ੍ਰਦੀਪ ਕਲੇਰ ਤੇ ਕਾਰਵਾਈ ਤੁਸੀਂ ਕੀਤੀ ਨਹੀਂ, ਪੰਜਾਬ ਸਰਕਾਰ ਨੇ ਕੀਤੀ? ਉਹ ਇਹ ਵੀ ਇਲਜ਼ਾਮ ਲਾ ਰਹੇ ਨੇ ਕਿ ਪੰਜਾਬ ਸਰਕਾਰ ਇਨਵੋਲਵ ਹੈ, ਸੈਂਟਰ ਸਰਕਾਰ ਇਨਵੋਲਵ ਹੈ, ਫਿਰ ਇੰਟਰਵਿਊ ਹੋਇਆ। ਅੱਜ ਪਰਚਾ ਦਰਜ ਹੋਇਆ, ਐਫ ਆਈ ਆਰ ਦਰਜ ਹੋਈ ਆ ਕੁਲਵੰਤ ਐਮ ਐਲ ਏ ਨੇ ਜੋ ਮੋਹਾਲੀ ਤੋਂ, ਉਹ ਕਹਿੰਦੇ ਧੋਖਾਧੜੀ ਕਰਦੇ ਸੀ, ਵਾਹ ਵੱਡੀ ਕੀਤੀ ਹੈ ਜੇ ਪੀ ਐਲ ਦੇ ਵਿੱਚ ਜੋ ਉਹਨਾਂ ਫਲੈਟ ਕੱਟੇ ਜਾਂਦੇ ਨੇ। ਸਰਕਾਰੀ ਜ਼ਮੀਨਾਂ ਮਹਿੰਗੇ ਰੇਟ ਦੀਆਂ, ਅਰਬਾਂ ਰੁਪਈਆਂ ਦੀਆਂ ਜ਼ਮੀਨਾਂ ਬਾਦਲ ਪਰਿਵਾਰ ਨੇ ਆਪ ਢਾਪਲੀਆਂ ਅਤੇ ਆਪ ਜਿਹੜੀਆਂ ਸਸਤੀਆਂ ਜ਼ਮੀਨਾਂ ਉਹ ਸਰਕਾਰ ਨੂੰ ਦੇ ਦਿੱਤੀਆਂ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ 'ਤੇ ਗੋਲੀਆਂ ਚਲਵਾਈਆਂ, ਸੱਚੇ ਸੌਦੇ ਵਾਲੇ ਸਾਧ ਨੂੰ ਮਾਫੀ ਦਵਾਈ ਗਈ। ਇੱਕ ਇੰਟਰਵਿਊ ਹੁੰਦਾ ਹੈ ਰਿਤੇਸ਼ ਲੱਕੀ ਦੇ ਯੂਟਿਊਬ ਦੇ ਉੱਤੇ, ਉਸ ਨੂੰ ਲੈ ਕੇ ਬਵਾਲ ਹੋ ਗਿਆ, ਅਕਾਲੀ ਦਲ ਦੇ ਉੱਤੇ ਵੱਡੇ ਇਲਜ਼ਾਮ ਨੇ, ਪੰਜਾਬ ਸਰਕਾਰ ਨੂੰ ਰਿਪਲਾਈ ਕੀਤਾ ਜਾ ਰਿਹਾ, ਅਸੀਂ ਉਸ ਉੱਤੇ ਗੱਲਬਾਤ ਕਰਾਂਗੇ। ਲਾਲਜੀਤ ਭੁੱਲਰ ਜੋ ਕਿ ਮਿਨਿਸਟਰ ਨੇ, ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਨੇ। ਲਾਲਜੀਤ ਭੁੱਲਰ ਜਿਹੜੇ ਨੇ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੇ ਸੀ, ਜੋ ਅੰਬ ਸਾਹਿਬ ਦੇ ਨੇੜੇ ਸੀਗਾ, ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਸੀਗੇ ਅਰਵਿੰਦ ਕੇਜਰੀਵਾਲ, ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਪ੍ਰੋਟੈਸਟ ਸੀਗਾ, ਗੱਲਬਾਤ ਕਰਾਂਗੇ। ਭੁੱਲਰ ਸਾਹਿਬ ਕਿਵੇਂ ਦੇਖਦੇ ਹੋ, ਅਸੀਂ ਇਸ ਤੋਂ ਅਲੱਗ ਹਟ ਕੇ ਗੱਲ ਕਰਾਂਗੇ, ਜੋ ਇੱਕ ਇੰਟਰਵਿਊ ਹੋਇਆ ਰਿਤੇਸ਼ ਲੱਕੀ ਹੋਰਾਂ ਨੇ ਕੀਤਾ ਆਪਣੇ ਯੂਟਿਊਬ ਚੈਨਲ ਦੇ ਉੱਤੇ, ਉਸ ਦੇ ਵਿੱਚ ਪ੍ਰਦੀਪ ਕਲੇਰ ਹੋਰਾਂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਿ ਇਸ ਤਰੀਕੇ ਦੇ ਨਾਲ ਕਿਵੇਂ ਚੀਜ਼ਾਂ ਹੋਈਆਂ, ਕਿਵੇਂ ਮਾਫੀ ਦਿੱਤੀ ਗਈ, ਕਿਵੇਂ ਖਿਮਾ ਯਾਚਨਾ ਲਿਖੀ ਗਈ। ਤੁਸੀਂ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਚੀਜ਼ਾਂ ਹੋ ਰਹੀਆਂ ਨੇ ਜੋ ਪਹਿਲਾਂ ਤਾਂ ਸੀਗੀਆਂ ਪਬਲਿਕ ਡੋਮੇਨ ਦੇ ਵਿੱਚ, ਉਹ ਫਿਰ ਤੋਂ ਹੋਈਆਂ ਨੇ? ਦੇਖੋ, ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਜਦੋਂ 2012 ਤੋਂ 17 ਵਾਲੀ ਸਰਕਾਰ ਰਿਪੀਟ ਹੋਈ ਆ, ਉਦੋਂ ਇੱਕ ਧੱਕਾ ਨਹੀਂ ਹੋਇਆ, ਬੜੇ ਧੱਕੇ, ਲੋਕਾਂ ਦੀਆਂ ਜਾਇਦਾਦਾਂ ਦੇ ਵਿੱਚ ਹਿੱਸੇ ਪਾਏ ਗਏ, ਲੋਕਾਂ ਦੇ ਕਾਰੋਬਾਰ ਬੰਦ ਕਰਾਏ ਗਏ, ਜਿਹੜੀਆਂ ਸਰਕਾਰੀ ਜ਼ਮੀਨਾਂ ਸੀ ਉਹਨਾਂ ਦੇ ਕੈਬਨਿਟ ਦੇ ਵਿੱਚ ਮਤੇ ਪਾ ਪਾ ਕੇ ਇੱਕ ਕਾਨੂੰਨ ਪਾਸ ਕਰਕੇ, ਸਰਕਾਰੀ ਜ਼ਮੀਨਾਂ ਮਹਿੰਗੇ ਰੇਟ ਦੀਆਂ, ਅਰਬਾਂ ਰੁਪਈਆਂ ਦੀਆਂ ਜ਼ਮੀਨਾਂ ਬਾਦਲ ਪਰਿਵਾਰ ਨੇ ਆਪ ਢਾਪ ਲਈਆਂ ਅਤੇ ਆਪ ਜਿਹੜੀਆਂ ਸਸਤੀਆਂ ਜ਼ਮੀਨਾਂ ਉਹ ਸਰਕਾਰ ਨੂੰ ਦੇ ਦਿੱਤੀਆਂ। ਬੜੀਆਂ ਧੱਕੇ ਛਾਈਆਂ ਹੋਈਆਂ, ਅਤੇ ਜਿਹੜੀ ਬੇਅਦਬੀ ਹੋਈ ਆ ਉਹਦੇ 'ਚ ਸੱਚੇ ਸੌਦੇ ਵਾਲੇ ਸਾਧ ਦੀ ਫਿਲਮ ਚਲਾਉਣ ਲਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ 'ਤੇ ਗੋਲੀਆਂ ਚਲਵਾਈਆਂ, ਸੱਚੇ ਸੌਦੇ ਵਾਲੇ ਸਾਧ ਨੂੰ ਮਾਫੀ ਦਵਾਈ ਗਈ, ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਪਿਤਾ ਦੇ ਜਿਹੜੇ ਅੰਗ ਗਲੀਆਂ 'ਚ ਖਿਲਰੇ ਮਿਲਦੇ ਰਹੇ, ਅਤੇ ਜਦੋਂ ਹਰਸਿਮਰਤ ਬਾਦਲ ਨੂੰ ਇਹ ਸਵਾਲ ਕੀਤੇ ਗਏ ਤਾਂ ਉਹਨੇ ਅੱਗੋਂ ਕਿਹਾ ਵੀ ਜਿਹਨੇ ਬੇਅਦਬੀ 'ਤੇ ਸਿਆਸਤ ਕੀਤੀ ਆ ਜਾਂ ਬੇਅਦਬੀ ਕਰਾਈ ਉਹਦਾ ਕੱਖ ਨਾ ਰਹੇ, ਤਾਂ ਮੁੜ ਕੇ ਰਿਹਾ ਵੀ ਕੁਝ ਨਹੀਂ, ਸਾਰਾ ਕੁਝ ਖਤਮ ਹੋ ਗਿਆ, ਅਕਾਲੀ ਦਲ ਦੇ ਜਿਹੜੇ ਸੁਪੜਾ ਹੀ ਸਾਫ਼ ਹੋ ਗਿਆ। ਆਉਣ ਵਾਲਾ ਸਮਾਂ ਵੀ ਜਿੰਨਾ ਚਿਰ ਬਾਦਲ ਪਰਿਵਾਰ ਸਿਆਸਤ ਤੋਂ ਪਾਸੇ ਨਹੀਂ ਹਟਦਾ, ਉਨਾ ਚਿਰ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ, ਕਿਉਂਕਿ ਜਿਹੜੇ ਜਿਹੜੇ ਜੋ ਪੋਸ਼ਾਕ ਪਾਈ ਸੀਗੀ, ਜੋ ਪੋਸ਼ਾਕ ਦੀ ਗੱਲ ਆਉਂਦੀ ਹੈ, ਉਸਦੀ ਮਾਫ਼ੀ ਦਿੱਤੀ ਗਈ ਹੈ ਸੌਦਾ ਸਾਧ ਨੂੰ, ਕਹਿੰਦੇ ਉਸਦੀ ਵੱਡੀ ਵੱਡੀ ਗੱਲ ਹੈ, ਕਹਿੰਦੇ ਉਹ ਹੁਣ ਅਕਾਲੀ ਦਲ ਮੁਨਕਰ ਹੋ ਰਿਹਾ ਕਿ ਇਸ ਤਰੀਕੇ ਨਾਲ ਚੀਜ਼ਾਂ ਹੋਣੀਆਂ ਸੀ, ਤੁਸੀਂ ਮੰਨਦੇ ਹੋ? ਉਹ ਇਹ ਵੀ ਇਲਜ਼ਾਮ ਲਾ ਰਹੇ ਨੇ ਕਿ ਪੰਜਾਬ ਸਰਕਾਰ ਇਨਵੋਲਵ ਹੈ, ਸੈਂਟਰ ਸਰਕਾਰ ਇਨਵੋਲਵ ਹੈ, ਫਿਰ ਇੰਟਰਵਿਊ ਹੋਇਆ। ਵੇਖੋ, ਜਿਹੜਾ ਸੌਦਾ ਸਾਧ ਨੂੰ ਪੋਸ਼ਾਕ ਪਵਾਈ ਆ, ਉਹਦੀ ਜ਼ਿੰਮੇਵਾਰੀ ਸਿੱਧੀ ਦੀ ਸਿੱਧੀ ਬਣਦੀ ਆ ਅਕਾਲੀ ਦਲ ਦੀ ਸਰਕਾਰ ਦੀ, ਉਦੋਂ ਉਹਨਾਂ ਦੀ ਸਰਕਾਰ ਹੀ। ਜੇ ਉਹਨੇ ਗੁਰੂ ਸਾਹਿਬ ਵਾਂਗੂ ਸਵਾਂਗ ਰਚਿਆ ਸੀ ਸੌਦਾ ਸਾਧ ਨੇ, ਅਤੇ ਸਰਕਾਰ ਕਿਹਨਾਂ ਦੀ, ਪਰਚਾ ਕਿਹਨੇ ਦਰਜ ਕਰਨਾ ਸੀ? ਗੁਰੂ ਸਾਹਿਬ ਦੀ ਨਾਂ 'ਤੇ ਕੋਈ ਰੀਸ ਕਰ ਸਕਦਾ ਅਤੇ ਨਾ ਕੋਈ ਕਰ ਹੀ ਸਕੂਗਾ ਆਉਣ ਵਾਲੇ ਸਮੇਂ 'ਚ, ਅਤੇ ਨਾ ਕੋਈ ਪਹਿਲਾਂ ਕਰ ਸਕਿਆ। ਗੁਰੂ ਸਾਹਿਬ ਆਪਣੇ ਆਪ 'ਚ ਇੱਕ ਵੱਡੇ ਯੋਧਾ ਰਹੇ, ਇੱਕ ਵੱਡੇ ਗਿਆਨੀ ਰਹੇ, ਗੁਣਾਂ ਦੀ ਗੁਥਲੀ ਸਨ ਗੁਰੂ ਸਾਹਿਬ, ਜਿਨ੍ਹਾਂ ਨੇ ਆਪਦਾ ਪਰਿਵਾਰ ਜਿਹੜਾ ਵਾ, ਗੁਰੂ ਸਾਹਿਬ ਨੇ ਆਪਦਾ ਪਰਿਵਾਰ ਕੌਮ ਖਾਤਰ, ਪੰਥ ਖਾਤਰ ਸਾਰਾ ਕੁਝ ਹੀ ਵਾਰਤਾ। ਕੋਈ ਵੀ ਬੰਦਾ ਆਪਦੀ ਲੜਾਈ ਨਹੀਂ ਲੜਦਾ, ਅਤੇ ਇੱਕ ਉਹ ਗੁਰੂ ਸਾਹਿਬਾਨ ਜਿਨ੍ਹਾਂ ਨੇ ਪੰਥ ਖਾਤਰ, ਦੇਸ਼ ਖਾਤਰ ਆਪਦਾ ਸਾਰਾ ਕੁਝ ਹੀ ਵਾਰਤਾ, ਅਤੇ ਉਹਨਾਂ ਨੂੰ ਤਾਂ ਅਸੀਂ ਪੂਜਦੇ ਹਾਂ। ਅਸੀਂ ਤਾਂ ਜਿੱਥੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ, ਉਸ ਮਿੱਟੀ ਨੂੰ ਆਪਦੇ ਮੱਥੇ ਨਾਲ ਲਾਉਂਦੇ ਹਾਂ। ਤੇ ਇਹਨਾਂ ਗੱਲ ਕਰ ਰਿਹਾ, ਤੁਸੀਂ ਕਾਰਵਾਈ ਨਹੀਂ ਕਰ ਰਹੇ, ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ ਪ੍ਰਦੀਪ ਕਲੇਰ ਤੇ, ਪ੍ਰਦੀਪ ਕਲੇਰ ਤੇ ਕੋਈ ਕਾਰਵਾਈ ਨਹੀਂ ਕੀਤੀ? ਆਓ ਜੀ ਆਓ ਜੀ ਸਾਹਿਬ, ਇਹ ਸਵਾਲ ਦਾ ਜਵਾਬ ਥੋੜਾ ਦਿੱਤਾ ਜਾਵੇ ਕਿ ਪ੍ਰਦੀਪ ਕਲੇਰ ਤੇ ਕਾਰਵਾਈ ਤੁਸੀਂ ਕੀਤੀ ਨਹੀਂ, ਪੰਜਾਬ ਸਰਕਾਰ ਨੇ ਕੀਤੀ ਨਹੀਂ? ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਤੇ ਬਿਲਕੁਲ ਕਾਰਵਾਈ ਕੀਤੀ ਜਾਵੇਗੀ।
ਜਿਹੜਾ ਵੀ ਦੋਸ਼ੀ ਪਾਇਆ ਗਿਆ ਹਰੇਕ ਤੇ ਕਾਰਵਾਈ ਹੋਵੇਗੀ। ਦੂਜੇ ਪਾਸੇ ਇੱਕ ਜੋ ਅੱਜ ਪਰਚਾ ਦਰਜ ਹੋਇਆ ਐਫ ਆਈ ਆਰ ਦਰਜ ਹੋਈ ਆ ਕੁਲਵੰਤ ਐਮ ਐਲ ਏ ਨੇ ਜੋ ਮੋਹਾਲੀ ਤੋਂ, ਉਹ ਕਹਿੰਦੇ ਧੋਖਾਧੜੀ ਕਰਦੇ ਸੀ, ਵਾਹ ਵੱਡੀ ਕੀਤੀ ਹੈ ਜੇ ਪੀ ਐਲ ਦੇ ਵਿੱਚ ਜੋ ਉਹਨਾਂ ਫਲੈਟ ਕੱਟੇ ਜਾਂਦੇ ਨੇ ਉਸ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ ਆਪਦੇ ਆਪ ਨੂੰ ਕੱਟੜ ਮੰਦਾ ਜਿਹੜੀ ਆ ਪਾਰਟੀ ਕਿਹਾ ਜਾਂਦਾ, ਫਿਰ ਉਹ ਇਹੋ ਜਿਹੇ ਦੋਸ਼ ਲੱਗ ਰਹੇ ਨੇ? ਦੇਖੋ ਇਹ ਵੀ ਵਨ ਡਾਟਾ ਪੋਲੀਟਿਕਸ ਆ, ਜੇ ਕੋਈ ਕਿਸੇ 'ਤੇ ਇਸ ਤਰ੍ਹਾਂ ਦਾ ਪਰਚਾ ਦਰਜ ਹੋਇਆ, ਬੀ ਜੇ ਪੀ ਤੋਂ ਪ੍ਰੇਰਿਤ ਪਰਚੇ ਹੋ ਰਹੇ ਆ, ਬੀ ਜੇ ਪੀ ਕਦੀ ਈ ਡੀ ਦਾ ਸਹਾਰਾ ਲੈਂਦੀ ਆ, ਕਦੀ ਸੀ ਬੀ ਆਈ ਦਾ ਸਹਾਰਾ ਲੈਂਦੀ ਆ, ਅਤੇ ਇਹ ਆਪਾਂ ਨੂੰ ਪਤਾ ਹੀ ਆ ਵੀ ਜੋ ਕੁਝ ਹੋ ਰਿਹਾ। ਆ ਜਾਓ ਸੈਕਟਰੀਏਟ, ਆ ਜਾਓ ਸੈਕਟਰੀਏਟ, ਆ ਜਾਓ ਆ ਜਾਓ ਆ ਜਾਓ। ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਜਦੋਂ 2012 ਤੋਂ 17 ਵਾਲੀ ਸਰਕਾਰ ਰਿਪੀਟ ਹੋਈ ਆ, ਉਦੋਂ ਇੱਕ ਧੱਕਾ ਨਹੀਂ ਹੋਇਆ, ਬੜੇ ਧੱਕੇ ਹੋਏ, ਲੋਕਾਂ ਦੀਆਂ ਜਾਇਦਾਦਾਂ ਦੇ ਵਿੱਚ ਹਿੱਸੇ ਪਾਏ ਗਏ, ਲੋਕਾਂ ਦੇ ਕਾਰੋਬਾਰ ਬੰਦ ਕਰਾਏ ਗਏ, ਜਿਹੜੀਆਂ ਸਰਕਾਰੀ ਜ਼ਮੀਨਾਂ ਸੀ ਉਹਨਾਂ ਦੇ ਕੈਬਨਿਟ ਦੇ ਵਿੱਚ ਮਤੇ ਪਾ ਪਾ ਕੇ ਇੱਕ ਕਾਨੂੰਨ ਪਾਸ ਕਰਕੇ ਸਰਕਾਰੀ ਜ਼ਮੀਨਾਂ ਮਹਿੰਗੇ ਰੇਟ ਦੀਆਂ ਅਰਬਾਂ ਰੁਪਈਆਂ ਦੀਆਂ ਜ਼ਮੀਨਾਂ ਬਾਦਲ ਪਰਿਵਾਰ ਨੇ ਆਪ ਹੜੱਪ ਲਈਆਂ, ਅਤੇ ਆਪ ਜਿਹੜੀਆਂ ਸਸਤੀਆਂ ਜ਼ਮੀਨਾਂ ਉਹ ਸਰਕਾਰ ਨੂੰ ਦੇ ਦਿੱਤੀਆਂ। ਬੜੀਆਂ ਧੱਕੇਸ਼ਾਹੀਆਂ ਹੋਈਆਂ, ਅਤੇ ਜਿਹੜੀ ਬੇਅਦਬੀ ਹੋਈ ਆ ਉਹਦੇ 'ਚ ਸੱਚੇ ਸੌਦੇ ਵਾਲੇ ਸਾਧ ਦੀ ਫਿਲਮ ਚਲਾਉਣ ਲਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ 'ਤੇ ਗੋਲੀਆਂ ਚਲਵਾਈਆਂ, ਸੱਚੇ ਸੌਦੇ ਵਾਲੇ ਸਾਧ ਨੂੰ ਮਾਫੀ ਦਵਾਈ ਗਈ, ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਪਿਤਾ ਦੇ ਜਿਹੜੇ ਅੰਗ ਗਲੀਆਂ 'ਚ ਖਿਲਰੇ ਮਿਲਦੇ ਰਹੇ। ਅਤੇ ਜਦੋਂ ਹਰਸਿਮਰਤ ਬਾਦਲ ਨੂੰ ਇਹ ਸਵਾਲ ਕੀਤੇ ਗਏ ਤਾਂ ਉਹਨੇ ਅੱਗੋਂ ਕਿਹਾ ਵੀ ਜਿਹਨੇ ਬੇਅਦਬੀ 'ਤੇ ਸਿਆਸਤ ਕੀਤੀ ਆ ਜਾਂ ਬੇਅਦਬੀ ਕਰਾਈ ਉਹਦਾ ਕੱਖ ਨਾ ਰਵੇ, ਅਤੇ ਮੁੜ ਕੇ ਰਿਹਾ ਵੀ ਕੁਝ ਨਹੀਂ, ਸਾਰਾ ਕੁਝ ਖਤਮ ਹੋ ਗਿਆ, ਅਕਾਲੀ ਦਲ ਦੇ ਜਿਹੜੇ ਸੁਪੜਾ ਹੀ ਸਾਫ਼ ਹੋ ਗਿਆ। ਆਉਣ ਵਾਲਾ ਸਮਾਂ ਵੀ ਜਿੰਨਾ ਚਿਰ ਬਾਦਲ ਪਰਿਵਾਰ ਸਿਆਸਤ ਤੋਂ ਪਾਸੇ ਨਹੀਂ ਹਟਦਾ ਉਨਾ ਚਿਰ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ, ਕਿਉਂਕਿ ਜਿਹੜੇ ਜਿਹੜੇ ਜੋ ਪੋਸ਼ਾਕ ਪਾਈ ਸੀਗੀ, ਜੋ ਪੋਸ਼ਾਕ ਦੀ ਗੱਲ ਆਉਂਦੀ ਹੈ, ਉਸਦੀ ਮਾਫ਼ੀ ਦਿੱਤੀ ਗਈ ਹੈ ਸੌਦਾ ਸਾਧ ਨੂੰ, ਕਹਿੰਦੇ ਉਸਦੀ ਵੱਡੀ ਵੱਡੀ ਗੱਲ ਹੈ, ਕਹਿੰਦੇ ਉਹ ਹੁਣ ਅਕਾਲੀ ਦਲ ਮੁਨਕਰ ਹੋ ਰਿਹਾ ਕਿ ਇਸ ਤਰੀਕੇ ਨਾਲ ਚੀਜ਼ਾਂ ਹੋਣੀਆਂ ਸੀ, ਤੁਸੀਂ ਮੰਨਦੇ ਹੋ? ਉਹ ਇਹ ਵੀ ਇਲਜ਼ਾਮ ਲਾ ਰਹੇ ਕਿ ਪੰਜਾਬ ਸਰਕਾਰ ਇਨਵੋਲਵ ਹੈ, ਸੈਂਟਰ ਸਰਕਾਰ ਇਨਵੋਲਵ ਹੈ, ਫਿਰ ਇੰਟਰਵਿਊ ਹੋਇਆ। ਵੇਖੋ ਜਿਹੜਾ ਸੌਦਾ ਸਾਧ ਨੂੰ ਪੋਸ਼ਾਕ ਪਵਾਈ ਆ ਉਹਦੀ ਜ਼ਿੰਮੇਵਾਰੀ ਸਿੱਧੀ ਦੀ ਸਿੱਧੀ ਬਣਦੀ ਆ ਅਕਾਲੀ ਦਲ ਦੀ ਸਰਕਾਰ ਦੀ, ਉਦੋਂ ਉਹਨਾਂ ਦੀ ਸਰਕਾਰ ਸੀ। ਜੇ ਉਹਨੇ ਗੁਰੂ ਸਾਹਿਬ ਵਾਂਗੂ ਸਵਾਂਗ ਰਚਿਆ ਸੀ ਸੌਦਾ ਸਾਧ ਨੇ, ਅਤੇ ਸਰਕਾਰ ਕਿਹਨਾਂ ਦੀ ਪਰਚਾ ਕਿਹਨੇ ਦਰਜ ਕਰਨਾ ਸੀ? ਗੁਰੂ ਸਾਹਿਬ ਦੀ ਨਾਂ 'ਤੇ ਕੋਈ ਰੀਸ ਕਰ ਸਕਦਾ ਅਤੇ ਨਾ ਕੋਈ ਕਰ ਹੀ ਸਕੂਗਾ ਆਉਣ ਵਾਲੇ ਸਮੇਂ 'ਚ, ਅਤੇ ਨਾ ਕੋਈ ਪਹਿਲਾਂ ਕਰ ਸਕਿਆ। ਗੁਰੂ ਸਾਹਿਬ ਆਪਣੇ ਆਪ 'ਚ ਇੱਕ ਵੱਡੇ ਯੋਧਾ ਰਹੇ, ਇੱਕ ਵੱਡੇ ਗਿਆਨੀ ਰਹੇ, ਗੁਣਾਂ ਦੀ ਗੁਥਲੀ ਸਨ ਗੁਰੂ ਸਾਹਿਬ, ਜਿਨ੍ਹਾਂ ਨੇ ਆਪਦਾ ਪਰਿਵਾਰ ਜਿਹੜਾ ਵਾ, ਗੁਰੂ ਸਾਹਿਬ ਨੇ ਆਪਦਾ ਪਰਿਵਾਰ ਕੌਮ ਖਾਤਰ ਪੰਥ ਖਾਤਰ ਸਾਰਾ ਕੁਝ ਹੀ ਵਾਰਤਾ। ਕੋਈ ਵੀ ਬੰਦਾ ਆਪਦੀ ਲੜਾਈ ਨਹੀਂ ਲੜਦਾ, ਅਤੇ ਇੱਕ ਉਹ ਗੁਰੂ ਸਾਹਿਬਾਨ ਜਿਨ੍ਹਾਂ ਨੇ ਪੰਥ ਖਾਤਰ ਦੇਸ਼ ਖਾਤਰ ਆਪਦਾ ਸਾਰਾ ਕੁਝ ਹੀ ਵਾਰਤਾ, ਅਤੇ ਉਹਨਾਂ ਨੂੰ ਤਾਂ ਅਸੀਂ ਪੂਜਦੇ ਹਾਂ। ਅਸੀਂ ਤਾਂ ਜਿੱਥੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਉਸ ਮਿੱਟੀ ਨੂੰ ਆਪਦੇ ਮੱਥੇ ਨਾਲ ਲਾਉਂਦੇ ਹਾਂ। ਤੇ ਇਹਨਾਂ ਗੱਲ ਕਰ ਰਿਹਾ, ਤੁਸੀਂ ਕਾਰਵਾਈ ਨਹੀਂ ਕਰ ਰਹੇ, ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ, ਪ੍ਰਦੀਪ ਕਲੇਰ ਤੇ ਪ੍ਰਦੀਪ ਕਲੇਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ? ਆਓ ਜੀ ਆਓ ਸਾਹਿਬ, ਇਹ ਸਵਾਲ ਦਾ ਜਵਾਬ ਥੋੜਾ ਦਿੱਤਾ ਜਾਵੇ ਕਿ ਪ੍ਰਦੀਪ ਕਲੇਰ ਤੇ ਕਾਰਵਾਈ ਤੁਸੀਂ ਕੀਤੀ ਨਹੀਂ, ਪੰਜਾਬ ਸਰਕਾਰ ਨੇ ਕੀਤੀ ਨਹੀਂ? ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਤੇ ਬਿਲਕੁਲ ਕਾਰਵਾਈ ਕੀਤੀ ਜਾਵੇਗੀ, ਜਿਹੜਾ ਵੀ ਦੋਸ਼ੀ ਪਾਇਆ ਗਿਆ ਹਰੇਕ ਤੇ ਕਾਰਵਾਈ ਹੋਵੇਗੀ। ਦੂਜੇ ਪਾਸੇ ਇੱਕ ਜੋ ਅੱਜ ਪਰਚਾ ਦਰਜ ਹੋਇਆ ਐਫ ਆਈ ਆਰ ਦਰਜ ਹੋਈ ਆ ਕੁਲਵੰਤ ਐਮ ਐਲ ਏ ਨੇ ਜੋ ਮੋਹਾਲੀ ਤੋਂ, ਉਹ ਕਹਿੰਦੇ ਧੋਖਾਧੜੀ ਕਰਦੇ ਸੀ, ਵਾਹ ਵੱਡੀ ਕੀਤੀ ਹੈ ਜੇ ਪੀ ਐਲ ਦੇ ਵਿੱਚ ਜੋ ਉਹਨਾਂ ਫਲੈਟ ਕੱਟੇ ਜਾਂਦੇ ਨੇ ਉਸ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ ਆਪਦੇ ਆਪ ਨੂੰ ਕੱਟੜ ਮੰਦਾ ਜਿਹੜੀ ਆ ਪਾਰਟੀ ਕਿਹਾ ਜਾਂਦਾ, ਫਿਰ ਉਹ ਇਹੋ ਜਿਹੇ ਦੋਸ਼ ਲੱਗ ਰਹੇ ਨੇ? ਦੇਖੋ ਇਹ ਵੀ ਵਨ ਡਾਟਾ ਪੋਲੀਟਿਕਸ ਆ, ਜੇ ਕੋਈ ਕਿਸੇ 'ਤੇ ਇਸ ਤਰ੍ਹਾਂ ਦਾ ਪਰਚਾ ਦਰਜ ਹੋਇਆ, ਬੀ ਜੇ ਪੀ ਤੋਂ ਪ੍ਰੇਰਿਤ ਪਰਚੇ ਹੋ ਰਹੇ ਆ, ਬੀ ਜੇ ਪੀ ਕਦੀ ਈ ਡੀ ਦਾ ਸਹਾਰਾ ਲੈਂਦੀ ਆ, ਕਦੀ ਸੀ ਬੀ ਆਈ ਦਾ ਸਹਾਰਾ ਲੈਂਦੀ ਆ, ਅਤੇ ਇਹ ਆਪਾਂ ਨੂੰ ਪਤਾ ਹੀ ਆ ਵੀ ਜੋ ਕੁਝ ਹੋ ਰਿਹਾ। ਆ ਜਾਓ ਸੈਕਟਰੀਏਟ, ਆ ਜਾਓ ਸੈਕਟਰੀਏਟ, ਆ ਜਾਓ ਆ ਜਾਓ ਆ ਜਾਓ। ਇਹ ਸਾਰਾ ਕੁਝ ਪੋਲੀਟਿਕਸ ਤੋਂ ਪ੍ਰੇਰਿਤ ਹੋ ਰਿਹਾ। ਭੁੱਲਰ ਸਾਹਿਬ ਇੱਕ ਮਿੰਟ ਬੜਾ, ਤਾਂ ਇਹ ਤਸਵੀਰ ਹੈ, ਹਾਲਾਂਕਿ ਉਹਨਾਂ ਕੋਲ ਕੋਈ ਸਪਸ਼ਟ ਬਿਆਨ ਨਹੀਂ ਸੀਗਾ ਲਾਲਜੀਤ ਭੁੱਲਰ ਹੋਰਾਂ ਕੋਲ,
ਇਹਨਾਂ ਨੇ ਇੱਕ ਇਹ ਗੱਲ ਕਹਿ ਦਿੱਤਾ ਕਿ ਸਾਰੀ ਪੋਲੀਟਿਕਸ ਹੋ ਰਹੀ ਹੈ, ਜੋ ਵੀ FIR ਦਰਜ ਹੋ ਰਹੀਆਂ ਨੇ ਇਹ ਪੋਲੀਟਿਕਸ ਹੈਗੀ ਆ। ਪਰ ਦੂਸਰੇ ਪਾਸੇ ਜੋ ਅਰਸ਼ਦੀਪ ਕਲੇਰ ਹੋਰਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਸਰਕਾਰ ਕੇਂਦਰ ਸਰਕਾਰ ਰਲੀਆਂ ਹੋਈਆਂ ਨੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ, ਸਾਡੇ ਸਵਾਲ ਸੀਗੇ ਪਰ ਥੋੜ੍ਹਾ ਬਹੁਤ ਉਹਨਾਂ ਨੇ ਜਵਾਬ ਦਿੱਤੇ ਅਤੇ ਕੁਛ ਗੱਲਾਂ ਗੋਲਮੋਲ ਹੋ ਗਈਆਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ। ਕੈਮ ਸਹਿਯੋਗੀ ਸੀ ਜਗਮੀਤ, ਧੰਨਵਾਦ।